ਜਿਹੜੀ ਉਹ ਮਾਂ ਹੈ ਉਹਨੂੰ ਮਾਂ ਦਾ ਦਰਜਾ ਮਿਲੇ ਉਹਨੂੰ ਸਨਮਾਨ ਮਿਲੇ ਇਕੱਠੀ ਹੋਈ ਆ ਤੇ ਸਾਡਾ ਮੇਨ ਮਕਸਦ ਹੈ ਪੰਜਾਬ ਸਰਕਾਰ ਨੂੰ ਇੱਕ ਸਵਾਲ ਤੁਸੀਂ ਜਿਹੜਾ ਕਾਉਂਸਲ ਇਕੱਠਾ ਕੀਤਾ 200 ਕਰੋੜ ਰੁਪਈਆ ਉਹਦੇ ਵਾਸਤੇ ਤੁਸੀਂ ਤੁਹਾਨੂੰ ਉਹਦਾ ਬੰਦ ਅਧਿਕਾਰ ਦਿੱਤਾ ਜਾਵੇ ਮੈਂ ਹੁਣ ਬੇਨਤੀ ਕਰੂੰਗਾ ਲੇਕਿਨ ਕਿਸੇ ਪਬਲਿਕ ਆਫਿਸ ਕਿਉਂ ਰਿਗਾਰਡਿੰਗ ਕੀਤਾ ਜਾ ਰਿਹਾ ਸਾਡੇ ਵੱਡੇ ਵੀਰ ਰਾਜੂ ਸ਼ਰਮਾ ਜੀ ਹੈਲੀਕਾਪਟਰਾਂ ਦੇ ਵਿੱਚ ਝੂਟੇ ਦਵਾਈ ਜਾਂਦੇ ਹੋ ਕੰਮ ਦੇ ਉੱਤੇ 200 ਕਰੋੜ ਰੁਪਈਆ ਗੌਰਮੈਂਟ ਦੇ ਕੋਲ ਪਿਆ ਜਿਹੜਾ ਇੰਨੀਆਂ ਅਮੀਰ ਆਪਾਂ ਕਹੀਏ ਤਾਂ ਗਊਆਂ ਬਹੁਤ ਅਮੀਰ ਨੇ ਦੋਈ ਗੋ ਮਾਤਾ ਨੂੰ ਅਸੀਂ ਮਾਤਾ ਤੋਂ ਵੱਧ ਦਰਜਾ ਦਿੰਦੇ ਹਾਂ ਉਸ ਨੂੰ ਗੰਨ ਖਾਣ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਅਸੀਂ ਮੰਨਦੇ ਹਾਂ ਕਿ ਜੇ ਸਾਡੇ ਫੋਕ ਦੇ ਵਿੱਚ ਬਹੁਤ ਸਾਰੇ ਹਾਦਸੇ ਹੋ ਜਾਂਦੇ ਨੇ ਮੈਂ ਅੱਜ ਵੀ ਮੋਗੇ ਜਾ ਰਿਹਾ ਸੀ ਰਸਤੇ ਦੇ ਵਿੱਚ ਦੇਖਿਆ ਇੱਕ ਗੋ ਮੋਸ਼ ਟਰੱਕ ਹਾਂਜੀ ਸਰ ਇਸ ਮੈਟਰ ਦੇ ਉੱਤੇ 2018 ਦੇ ਵਿੱਚ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਸੂਓ ਮੋਟੋ ਐਕਸ਼ਨ ਲਿੱਤਾ ਸੀ ਉਹ ਸੂਓ ਮੋਟੋ ਐਕਸ਼ਨ ਦੇ ਵਿੱਚ ਕੋਰਟ ਨੇ ਜੋ ਅਵਾਰਾ ਸਟੇ ਕੈਟਲਸ ਨੇ ਇਹਨਾਂ ਦੇ ਬਾਰੇ ਇਹਨਾਂ ਦੇ ਰੱਖ ਰਖਾਵ ਬਾਰੇ ਸਰਕਾਰ ਕੋਲੋਂ ਜਵਾਬ ਮੰਗਿਆ ਸੀ ਤਾਂ ਉਸ ਮੈਟਰ ਦੇ ਵਿੱਚ ਐਪਲੀਕੇਸ਼ਨ ਪਾ ਕੇ ਮੈਂ ਵੀ ਪਾਰਟੀ ਬਣਿਆ ਤਾਂ ਉਹਦੇ ਵਿੱਚ ਜਿਹੜੇ ਮੇਨ ਮੇਨ ਫੀਚਰ ਨੇ ਜਿਹੜੇ 2018 ਤੋਂ ਕਿ ਸਰਕਾਰ ਨੇ 250 ਏਕੜ ਲੈਂਡ ਐਕੁਆਇਰ ਕੀਤੀ ਆ ਤਕਰੀਬਨ 45 ਕਰੋੜ ਰੁਪਏ ਦੀ ਉਹ 21 ਜਗ੍ਹਾ ਦੇ ਉੱਤੇ ਗਊਸ਼ਾਲਾਵਾਂ ਬੰਨੀਆਂ ਨੇ 21 ਗਊਸ਼ਾਲਾਵਾਂ ਦੇ ਵਿੱਚ 45,000 ਗਊਆਂ ਨੂੰ ਰੱਖਣ ਦੀ ਕਪੈਸਿਟੀ ਹੈ ਜਦਕਿ ਅੱਜ ਦੀ ਡੇਟ ਦੇ ਵਿੱਚ ਉੱਥੇ ਸਿਰਫ 8 ਤੋਂ 10 ਹਜ਼ਾਰ ਗਊ ਹੀ ਰਹਿ ਰਹੀ ਹੈ ਔਰ 35,000 ਗਊ ਜਿਹੜੀ ਆ ਜਾਂ ਜੋ ਸਟੇ ਕੈਟਲ ਨੇ ਅਗਰ ਇਹਨਾਂ ਨੂੰ ਸ਼ਿਫਟ ਕੀਤਾ ਜਾਵੇ ਉਹਨਾਂ ਗਊਸ਼ਾਲਾਵਾਂ ਦੇ ਵਿੱਚ ਜਿਹੜੀਆਂ ਕਿ ਸਰਕਾਰ ਨੇ ਆਪਣੇ ਪੱਧਰ 'ਤੇ ਚਲਾਉਣੀਆਂ ਨੇ ਜਿਹਦੇ ਵਿੱਚ ਸਰਕਾਰ ਨੇ 200 ਕਰੋੜ ਰੁਪਈਆ ਕਾਮਨ ਲੋਕਾਂ ਤੋਂ ਟੈਕਸ ਇਕੱਠਾ ਕੀਤਾ ਤਾਂ ਇਹ ਸਾਡਾ ਜਿੰਨਾ ਗੋਵੰਸ਼ ਹੈ ਘੁੰਮ ਰਿਹਾ ਅੱਜ ਸੜਕਾਂ ਦੇ ਉੱਤੇ ਜਾਂ ਜੋ ਵੀ ਜਾਨਵਰ ਨੇ ਫਿਰ ਰਹੇ ਨੇ ਉਹ ਸਾਰਾ ਦਾ ਸਾਰਾ ਇੱਕ ਸ਼ੈੱਡ ਥੱਲੇ ਜਿੱਦਾਂ 21 ਗਊਸ਼ਾਲਾਵਾਂ ਨੇ ਜਿਨ੍ਹਾਂ ਦੀ ਕਪੈਸਿਟੀ 45,000 ਤੋਂ ਜ਼ਿਆਦਾ ਉਹਨਾਂ ਦੇ ਵਿੱਚ ਇਕੱਠੇ ਹੋ ਸਕਦੇ ਆ ਰਹੀ ਸਾਡੀ ਅਗਲੀ ਐਕਸ਼ਨ ਦੀ ਗੱਲ ਦੇਖੋ ਇਹ ਮਾਮਲਾ ਕੋਰਟ ਦੇ ਵਿੱਚ ਚੱਲ ਰਿਹਾ ਤੁਹਾਨੂੰ ਵੀ ਪਤਾ ਵੀ ਕੋਵਿਡ ਕਰਕੇ ਬਹੁਤ ਲੰਬੀਆਂ ਡੇਟਸ ਕੋਰਟ ਦੇ ਵਿੱਚ ਪੈ ਰਹੀਆਂ ਨੇ ਸਾਨੂੰ ਵਾਰੀ ਨਹੀਂ ਆ ਰਹੀ ਸਾਡੀ ਹਜੇ ਉੱਥੇ ਗੱਲ ਦੱਸਣ ਦੇ ਲਈ ਜਿੱਦਾਂ ਵੀ ਹੋਏਗਾ ਅਸੀਂ ਪੂਰਾ ਦਾ ਪੂਰਾ ਮੈਟਰ ਕੋਰਟ ਦੇ ਸਾਹਮਣੇ ਐਪਰੋਪਰੀਏਟ ਐਕਸ਼ਨ ਜੋ ਵੀ ਇਹਨਾਂ ਨੇ ਲਿੱਤੇ ਆ ਨਹੀਂ ਲਿੱਤੇ ਜਾਂ ਕੋਈ ਕਾਰਵਾਈ ਨਹੀਂ ਕੀਤੀ ਉਹ ਅਸੀਂ ਸਾਰੀ ਕੋਰਟ ਦੇ ਧਿਆਨ ਦੇ ਵਿੱਚ ਲੈ ਕੇ ਆਵਾਂਗੇ।